ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਪਿਛਲੇ ਮਹੀਨੇ ਤੋਂ ਕਾਫੀ ਵਿਵਾਦਾਂ ਵਿੱਚ ਘਿਰੇ ਆ ਰਹੇ ਹਨ, ਜਿਸ ਸੰਬੰਧੀ ਆਏ ਨਾ ਆਏ ਦਿਨ ਹਰ ਨਵਾਂ ਨਾਮ ਸਾਹਮਣੇ ਆਇਆ ਰਹਿੰਦਾ ਹੈ। ਹੁਣ ਨਾਮ ਆਇਆ ਹੈ ਪੰਜਾਬੀ ਮਾਡਲ ਪਰਮਜੀਤ ਪਰਮ ਦਾ। ਕੁਝ ਦਿਨਾਂ ਤੋਂ ਮਾਡਲ ਪਰਮਜੀਤ ਪਰਮ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ ਕਿਸੇ ਲੜਕੇ ਨਾਲ ਦਿਖਾਈ ਦੇ ਰਹੀ ਹੈ। ਆਪਣੇ ਆਪ ਨੂੰ ਸਿੰਗਲ ਕਹਿਣ ਵਾਲੀ ਅੱਜ ਹੋਟਲਾਂ 'ਚ ਮਿਲ ਰਹੀ ਆ, ਇਹੀ ਗੱਲਾਂ ਸਮਝਾਉਂਦਾ ਹੁੰਦਾ ਸੀ ਨਾ ਵੀ ਇਹ ਕਦਮ ਨਾ ਚੱਕਿਆ ਕਰੋ। ਬਲਕਿ ਇਸ ਮਾਮਲੇ 'ਤੇ ਪਰਮਜੀਤ ਪਰਮ ਦਾ ਕਹਿਣਾ ਹੈ ਕਿ ਇਹ ਉਸਦੀ ਵੀਡੀਓ ਨਹੀਂ, ਬਲਕਿ ਇਹ ਵੀਡੀਓ ਵਿੱਚ ਦਿਖਣ ਵਾਲੀ ਲੜਕੀ ਹੂਬਹੂ ਉਸਦੀ ਹਮ ਸ਼ਕਲ ਹੈ ਅਤੇ ਉਸਨੂੰ ਜਾਣ ਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਤੈਨੂੰ ਲੱਗਦਾ ਮੇਰੀ ਵੀਡੀਓ ਹੈ? ਜੇ ਮੇਰੀ ਵੀਡੀਓ ਹੁੰਦੀ ਮੇਰੇ ਘਰ ਦੇ ਮੈਨੂੰ ਘਰੋਂ ਕੱਢ ਦਿੰਦੇ। ਤੈਨੂੰ ਕਿਵੇਂ ਪਤਾ ਤੂੰ ਫੋਟੋ ਸ਼ੂਟ ਕਰਨ ਦੇ ਸੀ ਉੱਥੇ, ਵੀਡੀਓ ਬਣਾਉਣ ਦੇ ਸੀ? ਮੇਰੀ ਵੀਡੀਓ ਉਹ, ਤੇਰੇ ਘਰ ਧੀ ਭੈਣ ਨਹੀਂ ਹੈਗੀ ਜਾਂ ਤੇਰੇ ਘਰ ਮਾਂ ਨਹੀਂ ਹੈਗੀ? ਤੂੰ ਵੀਡੀਓ ਚੱਕ ਕੇ ਪਾਣ ਦਿਆ, ਸ਼ਰਮ ਨਹੀਂ ਹੈਗੀ ਤੂੰ ਮੇਰਾ ਨਾਮ ਲੈਣ ਦਿਆ? ਤੈਨੂੰ ਪਤਾ ਵੀ ਉਹ ਮੇਰੀ ਵੀਡੀਓ ਕਿ ਕਿਸੇ ਹੋਰ ਕੁੜੀ ਦੀ ਵੀਡੀਓ ਹੈ? ਸ਼ਰਮ ਕਰ ਥੋੜੀ। ਇਸ ਵੀਡੀਓ ਵਿੱਚ ਕਮੈਂਟ ਕਰ ਜ਼ਰੂਰ ਦੱਸਣਾ ਕਿ ਵੀਡੀਓ ਵਿੱਚ ਦਿਖਣ ਵਾਲੀ ਲੜਕੀ ਤੁਹਾਨੂੰ ਵੀ ਮਾਡਲ ਪਰਮਜੀਤ ਪਰਮ ਦਾ ਭੁਲੇਖਾ ਪਾ ਰਹੀ ਹੈ ਜਾਂ ਨਹੀਂ। ਇਸ ਦੇ ਨਾਲ ਹਰ ਨਵੀਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ। ਮੈਨੂੰ ਚੇਤੇ ਆ ਤੂੰ ਛੋਟੀ ਹੁੰਦੀ ਖਾਂਦੀ ਸੀ ਸਲੇਟੀਆਂ ਦਿੰਦੀਆਂ।